ਮੇਰੀਆਂ ਚਾਚੇ ਦੀਆਂ ਕੁੜੀਆਂ ਸੀਗੀਆਂ 6, ਇੱਕ ਮੇਰੀ ਸਿਸਟਰ। ਉਹਨਾਂ ਨੇ ਪਿੰਡ ਦੇ ਵਿੱਚ ਕਿਸੇ ਵਿਆਹ ਸ਼ਾਦੀ 'ਤੇ ਜਾਣਾ, ਗੀਤ ਗਾਉਣ ਜਾਣਾ, ਗਿੱਧਾ ਪਾਉਣ ਜਾਣਾ, ਤਾਂ ਮੈਂ ਤਾਂ ਨਾਲ ਹੁੰਦਾ ਹੀ ਸੀਗਾ। ਉਹ ਫਿਰ ਮਨ 'ਚ ਜਿਹੜੀ ਅੰਦਰ ਚੀਜ਼ ਬਚਪਨ ਦੇ ਵਿੱਚ ਬੇਸਿਕ ਲੈਵਲ 'ਤੇ ਬੈਠ ਗਈ, ਉਹ ਉਦੋਂ ਤੋਂ ਹੀ ਬੈਠਿਆ ਹੋਇਆ ਸੀ ਸਾਰਾ ਕੁਛ, ਸਾਰੀ ਚੀਜ਼ ਉਦੋਂ ਤੋਂ ਬੈਠੀ ਹੋਈ ਚੀਜ਼। ਕਿਤੇ ਨਾ ਕਿਤੇ ਜਾ ਕੇ ਜਦੋਂ ਸਕੂਲ 'ਚ ਜਾਂ ਕਾਲਜ 'ਚ ਗਿਆ, ਉੱਥੇ ਮੈਂ ਦੇਖਿਆ ਵੀ ਭੰਗੜੇ ਦਾ ਕੰਪੀਟੀਸ਼ਨ ਵਾਸਤੇ ਸਿਲੈਕਸ਼ਨ ਹੋ ਰਹੀ ਹੈ ਕੁੜੀਆਂ ਦੀ ਗਿੱਧੇ ਦੇ, ਤਾਂ ਉਹ ਹੌਲੀ ਹੌਲੀ ਜਿਹੜਾ ਅੰਦਰ ਬੀਜ ਪਿਆ ਸੀ, ਉਹਨੂੰ ਸਮਝ ਲਓ ਜਿਵੇਂ ਕੋਈ ਨਵੀਂ ਮਿਲ ਜਾਣੀ, ਉਹਨੇ ਹੌਲੀ ਹੌਲੀ ਪੁੰਗਰਨਾ ਸ਼ੁਰੂ ਕਰ ਦੇਣਾ। ਮੈਂ ਗਿੱਧੇ ਦਾ ਆਰਟਿਸਟ ਹਾਂ, ਗਿੱਧੇ ਦੀ ਦ ਬੈਸਟ ਪਰਫੋਰਮੈਂਸ ਵਾਸਤੇ ਮੈਂ ਉਸ ਕੋਸਟਿਊਮ ਨੂੰ ਧਾਰਨ ਕਰਦਾ, ਮਤਲਬ ਉਹ ਗਿੱਧੇ ਦਾ ਰੂਪ ਧਾਰਨ ਕਰਦਾ। ਠੀਕ ਹੈ, ਉਹ ਡਰੈਸ ਹਰ ਉਹ ਤੁਸੀਂ ਹੋ, ਤੁਸੀਂ ਐਜ਼ ਏ ਮੇਲ ਤੁਸੀਂ ਉਹ ਡਰੈਸ ਨਹੀਂ ਪਾਓਗੇ। ਮੇਰੇ ਮਨ 'ਚ ਮੇਰਾ ਸੁਭਾਅ ਕੁੜੀਆਂ ਵਰਗਾ ਹੋ ਸਕਦਾ, ਮੇਰਾ ਮੈਂਟਲ ਸਟੇਟ ਕੁੜੀਆਂ ਵਰਗਾ ਹੋ ਸਕਦਾ, ਜਾਂ ਮੇਰੇ ਅੰਦਰ ਮਨ 'ਚ ਭਾਵਨਾਵਾਂ ਕੁੜੀਆਂ ਵਰਗੀਆਂ, ਜਾਂ ਇੱਕ ਗਿੱਧੇ ਦੀ ਔਰਤ ਹੈ ਜਿਹੜੀ ਇੱਕ ਮੁਰੇਲਣ ਔਰਤ ਹੈ ਉਹ ਹੋ ਸਕਦੀ ਹੈ ਨਾ। ਪਰ ਮੈਂ ਪਹਿਲਾਂ ਵੀ ਇਹੀ ਕਿਹਾ ਹੁਣ ਵੀ ਕਿ ਮੈਂ ਗਿੱਧੇ ਦਾ ਆਰਟਿਸਟ ਹਾਂ, ਗਿੱਧੇ ਨੂੰ ਡਿਵੋਟਡ ਹਾਂ, ਗਿੱਧੇ ਨੂੰ ਸਮਰਪਿਤ ਹਾਂ, ਅਤੇ ਉਹ ਗਿੱਧੇ ਦਾ ਅਸੀਂ ਵੇਸ ਧਾਰਦੇ ਹਾਂ। ਆਮ ਤੌਰ 'ਤੇ ਛੋਟੇ ਮੁੰਡੇ ਜਿਹੜੇ ਮਤਲਬ ਕੁੜੀਆਂ ਵਰਗਾ ਸੁਭਾਅ ਵਾਲੇ, ਉਹ ਆਪਣੇ ਅੰਦਰ ਵੜ ਕੇ ਕੋਈ ਗੀਤ ਲਾ ਕੇ, ਕੋਈ ਫਿਲਮੀ ਗੀਤ ਲਾ ਕੇ ਜਾਂ ਕੋਈ ਗੀਤ ਲਾ ਕੇ ਉਹ ਆ ਇਕੱਲੇ ਨੱਚਦੇ ਨੇ। ਉਹ ਸੋਲੋ ਵਾਲਾ ਜਿਹੜਾ ਕੋਨਸੈਪਟ ਹੈ ਉਹ ਕਦੇ ਵੀ ਮੇਰੇ ਮਨ 'ਚ ਨਹੀਂ ਆਇਆ, ਹੈ ਨਾ। ਇਸ ਕਰਕੇ ਜੇ ਹੁਣ ਵੀ ਮੈਨੂੰ ਕੋਈ ਕਹਿ ਦੇ ਵੀ ਤੂੰ ਡਰੈਸ ਪਾ ਕੇ ਵੀ ਗਿੱਧੇ ਵਾਲੀ ਤੂੰ ਇਕੱਲਾ ਨੱਚ ਕੇ ਦਿਖਾ ਦੇ, ਮੈਂ ਨਹੀਂ ਨੱਚੂੰਗਾ। ਕਿਉਂ? ਕਿਉਂਕਿ ਜਿਹੜਾ ਗਿੱਧਾ ਨਾਚ ਹੈ ਉਹ ਇਕੱਲੇ ਦਾ ਨਾਚ ਨਹੀਂ ਹੈਗਾ, ਉਹ ਗਰੁੱਪ ਡਾਂਸ ਹੈ। ਜੇ ਗਿੱਧੇ ਦੀ ਬੋਲੀ ਪਾਉਣੀ ਹੈ, ਬੋਲੀਕਾਰ ਨੇ ਬੋਲੀ ਪਾਉਣੀ ਹੈ, ਅਤੇ ਉਹਦੀ ਜਿਹੜੀ ਮਤਲਬ ਕਿ ਜਿਹੜਾ ਉਹ ਬੋਲੀ ਨੂੰ ਹੁੰਗਾਰਾ ਦੇਣਾ, ਉਹ ਬਾਕੀ ਦਿਆਂ ਨੇ ਚੱਕਣਾ, ਅਤੇ ਉਹ ਬੋਲੀ ਦਾ ਜਿਹੜਾ ਤੋੜਾ ਜਿਹੜਾ ਉਹਦਾ ਹੁੰਗਾਰਾ ਉਹ ਚੱਕਣਾ, ਅਤੇ ਫਿਰ ਜਿਹੜੀ ਬੋਲੀਕਾਰ ਹੈ ਜਾਂ ਉਹਨੇ ਨ੍ਰਿਤਕਾਰ ਹੈ ਉਹਨੇ ਨੱਚਣਾ। ਮੇਰੇ ਅੰਦਰ ਜੋ ਔਰਤ ਜਾਂ ਇੱਕ ਐਨਰਜੀ ਪਈ ਸੀ ਉਹਨੂੰ ਮੈਂ ਬੜੇ ਢੰਗਾਂ ਨਾਲ ਵਰਤ ਸਕਦਾ ਸੀ। ਜਿਹੜੀ ਅੰਦਰ ਮੇਰੇ ਇੱਕ ਫੈਮਿਨਿਨ ਔਕਾਤ ਸੀ ਮੇਰੀ, ਉਹਨੂੰ ਮੈਂ ਕਿਵੇਂ ਰੀਪ੍ਰਜੈਂਟ ਕਰ ਲਿਆ ਆਪਣੇ ਉੱਪਰ ਵੇਅਰ ਕਰਕੇ ਉੱਦਾਂ ਦੀ ਚੀਜ਼ ਨੂੰ, ਇਹ ਮੇਰੇ ਲਈ ਇੰਪੋਰਟੈਂਟ ਸੀਗਾ। ਅਦਰਵਾਈਜ਼ ਲੋਕਾਂ ਦੇ ਅੰਦਰ ਮੈਂ ਬਹੁਤ ਸਾਰੇ ਇਹੋ ਜਿਹੇ ਲੋਕ ਦੇਖੇ ਨੇ ਜਿਨ੍ਹਾਂ ਦੇ ਅੰਦਰ ਔਰਤ ਬੈਠੀ ਹੈ, ਉਹ ਅੰਦਰ ਤੜਫ ਵੀ ਰਹੀ ਹੈ ਪਰ ਉਹ ਮੈਂਟਲੀ ਤਿੜਕ ਰਹੇ ਨੇ ਲੋਕ।
ਮੈਂ ਆਪਣੇ ਆਪ ਨੂੰ ਤਿੜਕਣ ਤੋਂ ਬਚਾਇਆ ਹੋਇਆ, ਮੈਂ ਆਪਣੇ ਅੰਦਰਲੀ ਔਰਤ ਨੂੰ ਗਿੱਧੇ ਰਾਹੀਂ ਜ਼ੁਬਾਨ ਦਿੱਤੀ ਹੋਈ ਹੈ, ਅਤੇ ਮੇਰੀਆਂ ਰਿਪ੍ਰਜੈਂਟੇਸ਼ਨਸ ਨੇ ਜਾਂ ਮੇਰੀਆਂ ਪਰਫੋਰਮੈਂਸਿਸ ਨੇ, ਜਦੋਂ ਪਰਫੋਰਮੈਂਸ ਕਰਕੇ ਥੱਕ ਜੀਦਾ ਤਾਂ ਉਹ ਜਿਹੜੀ ਅੰਦਰਲੀ ਉਹ ਆਰਟ ਜਿਹਨੂੰ ਆਪਾਂ ਕਹਿੰਦੇ ਹਾਂ ਆਰਟ ਜਾਂ ਕਲਾ ਹੈ ਜਿਹੜੀ ਜਿਹੜੀ ਉਹ ਔਰਤ ਬੈਠੀ ਉਹ ਸੈਟਿਸਫਾਈ ਹੁੰਦੀ ਹੈ। ਦੱਸਿਆ ਕਿ ਮੈਂ ਵਿਆਹ ਤਾਂ ਕਰਾਇਆ ਨਹੀਂ, ਪਰ ਰਿਐਲਿਟੀ 'ਚ ਇਹੀ ਹੈ ਕਿ ਮੇਰਾ ਗਿੱਧੇ ਨਾਲ ਵਿਆਹ ਹੋ ਚੁੱਕਿਆ, ਗਿੱਧੇ ਨੇ ਮੈਨੂੰ ਪਰਣਾ ਲਿਆ ਹੈ ਨਾ। ਅਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਮੇਰਾ ਤਾਂ ਇਹੀ ਕਹਿਣਾ ਹੈ ਕਿ ਜਿਵੇਂ ਵਾਰਿਸ ਸ਼ਾਹ ਨੇ ਲਿਖਿਆ ਹੀਰ ਦੇ ਮੂੰਹੋਂ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਅਤੇ ਮੇਰਾ ਵੀ ਇਹੀ ਵਿਚਾਰ ਹੈ ਕਿ ਗਿੱਧਾ ਗਿੱਧਾ ਕਰਦਾ ਜੀ ਮੈਂ ਆਪੇ ਗਿੱਧਾ ਹੋਇਆ, ਗਿੱਧੇ ਵਰਗਾ ਹੋਇਆ ਅਤੇ ਆਪੇ ਹੀ ਗਿੱਧਾ ਹੋਇਆ ਹੈ ਨਾ। ਅਤੇ ਗਿੱਧੇ ਦੇ ਵਿੱਚ ਗਿੱਧਾ ਹੋ ਜਾਣਾ, ਮਹਿਵ ਹੋ ਜਾਣਾ, ਉਸ 'ਚ ਰਮ ਜਾਣਾ, ਇਹ ਵੱਡੀ ਗੱਲ ਹੈ, ਇਹ ਕਿਰਪਾ ਹੈ, ਇਹ ਬਖਸ਼ਿਸ਼ ਹੈ।